ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਹ ਵੀਡੀਓ ਉਹਨਾਂ ਦੇ ਲਈ ਜੋ ਕੋਸ਼ਿਸ਼ ਤਾਂ ਬਹੁਤ ਕਰਦੇ ਨੇ ਪਰ ਇੰਨੀ ਕੋਸ਼ਿਸ਼ ਤੋਂ ਬਾਅਦ ਵੀ ਹਾਰਦੇ ਨੇ। ਇਹ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਿ ਵੀਡੀਓ ਤੁਹਾਡੀ ਲਾਈਫ 'ਚ ਕਿਤੇ ਨਾ ਕਿਤੇ ਕੰਮ ਜ਼ਰੂਰ ਆ ਸਕਦੀ। ਵੈਸੇ ਤਾਂ ਉਹਦੀ ਜ਼ਿੰਦਗੀ ਆਮ ਜਿਹੀ ਚੱਲਦੀ ਸੀ, ਸਵੇਰ ਨੂੰ ਉੱਠਣਾ ਤੇ ਰਾਤ ਨੂੰ ਸੌਣਾ। ਯਾਰ ਜਿਹਨੂੰ ਕੁਝ ਪਾਉਣ ਦੀ ਚਾਹਤ ਨਹੀਂ ਉਹਨੇ ਦੱਸ ਕੀ ਖੋਣਾ। ਮੈਨੂੰ ਅੱਜ ਉਹ ਬੜੇ ਟਾਈਮ ਬਾਅਦ ਟੱਕਰਿਆ, ਅਸੀਂ ਇੱਕ ਕੱਚੇ ਰਾਹ ਤੇ ਤੁਰੇ ਜਾਂਦੇ ਸੀ। ਮੈਂ ਕਿਹਾ ਕੀ ਗੱਲ, ਨਾ ਬੋਲਦਾ ਨਾ ਹੱਸਦਾ, ਜਿਹੜੀ ਗੱਲ ਦਿਲ ਚ ਨਾ ਉਹ ਦੱਸਦਾ। ਕਹਿੰਦਾ ਯਾਰ ਤੈਨੂੰ ਕੀ ਪਤਾ, ਜਦ ਸੁਪਨਾ ਮਰਦਾ ਤਾਂ ਹੱਸਣ ਨੂੰ ਕਿਹਦਾ ਦਿਲ ਕਰਦਾ, ਉੱਤੋਂ ਆ ਦੁਨੀਆ ਤੰਗ ਕਰਦੀ ਆ, ਤੈਨੂੰ ਯਾਰ ਕੀ ਪਤਾ ਇੱਥੇ ਮੈਂ ਕੀ ਜਰਦਾ। ਉਹਦੇ ਜਵਾਬ ਨੇ ਮੈਨੂੰ ਥੋੜਾ ਕੁ ਟਾਈਮ ਚੁੱਪ ਰਹਿਣ ਲਈ ਮਜਬੂਰ ਕੀਤਾ। ਮੇਰੇ ਦਿਲ ਦੇ ਵਿੱਚ ਇੱਕ ਹੋਰ ਸਵਾਲ ਸੀ ਜਿਹਨੂੰ ਪੁੱਛ ਕੇ ਮੈਂ ਆਪਣੇ ਸ਼ੱਕ ਨੂੰ ਦੂਰ ਕੀਤਾ। ਮੈਂ ਕਿਹਾ ਯਾਰ ਫਿਰ ਕੀ ਹੋ ਗਿਆ, ਕੋਸ਼ਿਸ਼ ਕਰਦਾ ਰਹਿ, ਸਮੇਂ ਕੋਸ਼ਿਸ਼ ਨਾਲ ਹੀ ਹੱਥ ਆਉਂਦੇ ਆ। ਕਹਿੰਦਾ ਜਦੋਂ ਤੇਰੀ ਕੋਸ਼ਿਸ਼ ਤੈਨੂੰ ਤੋੜ ਕੇ ਚੂਰ ਕਰ ਦੂਗੀ ਨਾ, ਫਿਰ ਸਮੇਂ ਕੀ, ਫੁਰਸਤ ਦੇ ਪਲ ਵੀ ਨਾ ਇੱਥੇ ਆਉਂਦੇ। ਕਹਿੰਦਾ ਵਿੱਕੀ ਜਦੋਂ ਬੰਦਾ ਮਜਬੂਰ ਹੁੰਦਾ ਨਾ ਕਿਸਮਤ ਤੇ ਜੇਬ ਹੱਥੋਂ, ਤਾਂ ਯਾਰ ਆ ਸੁਪਨੇ ਨਾ ਕਿੱਲੀ ਤੇ ਟੰਗੇ ਨਜ਼ਰ ਆਉਂਦੇ। ਮੈਂ ਇੰਨਾ ਕੁ ਤਾਂ ਜਾਣ ਗਿਆ ਸੀ ਕਿ ਉਹ ਪਛਤਾਵੇ ਦੇ ਸਮੁੰਦਰ 'ਚ ਤਰ ਰਿਹਾ ਸੀ, ਇੱਕ ਵਾਰੀ ਹੋਰ ਨਾਕਾਮ ਨਾ ਹੋ ਜਾਵਾਂ। ਇਸੇ ਲਈ ਉਹ ਕੋਸ਼ਿਸ਼ ਕਰਨ ਤੋਂ ਡਰ ਰਿਹਾ ਸੀ। ਮੈਂ ਤੁਰੇ ਜਾਂਦੇ ਨੇ ਉਹਦੇ ਮੋਢੇ ਤੇ ਹੱਥ ਧਰਿਆ ਤੇ ਇੱਕ ਆਖਰੀ ਸਵਾਲ ਜਿਹਾ ਕਰਿਆ। ਮੈਂ ਕਿਹਾ ਯਾਰ ਕੀ ਕੀਮਤ ਸੀ ਤੇਰੇ ਟੁੱਟੇ ਹੋਏ ਸੁਪਨੇ ਦੀ। ਉਹ ਚੁੱਪ ਹੋ ਗਿਆ। ਜਦੋਂ ਇਨਸਾਨ ਟੁੱਟਿਆ ਹੁੰਦਾ ਨਾ ਉਹਨੂੰ ਬਹੁਤੇ ਸਵਾਲਾਂ ਦੇ ਜਵਾਬ ਨਹੀਂ ਲੱਭਦੇ, ਤੇ ਜੇ ਕੋਈ ਹੋਰ ਉਹਨੂੰ ਸਵਾਲ ਪੁੱਛਦਾ ਤਾਂ ਉਹ ਵੀ ਉਹਨੂੰ ਚੰਗੇ ਜੇ ਨਹੀਂ ਲੱਗਦੇ। ਕਹਿੰਦਾ ਛੱਡ ਪਰੇ ਯਾਰ, ਹੁਣ ਤਾਂ ਸਭ ਕੁਝ ਖਤਮ ਹੋ ਗਿਆ। ਜਿੱਥੇ ਖਿਆਲਾਂ ਦੀ ਅੱਗ ਠੰਡੀ ਹੋ ਜਾਵੇ ਨਾ ਉਹਨੂੰ ਫਿਰ ਤੋਂ ਮੁਕਾਉਣਾ ਔਖਾ ਹੁੰਦਾ, ਤੇ ਜਿੱਥੇ ਬੰਦੇ ਦੀ ਸੋਚ ਉਹਨੂੰ ਰੋਕ ਕੇ ਰੱਖੇ ਨਾ ਉਹਨੂੰ ਫਿਰ। ਸੋ ਹਾਂਜੀ, ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ ਯੂਟਿਊਬ ਚੈਨਲ ਵਾਲੇ ਭਰਾਵਾਂ ਨੂੰ ਤੇ ਮੇਰੇ NRI ਵੀਰ ਤੇ ਮੇਰੇ ਲਹਿੰਦੇ ਪੰਜਾਬ ਵਾਲੇ ਵੀਰਾਂ ਨੂੰ ਮੇਰੇ ਵੱਲੋਂ ਯਾਨੀ ਕਿ ਹਾਰਵੀ ਗਿੱਲ ਵੱਲੋਂ ਤੇ ਮੇਰਾ ਚੈਨਲ ਗਗਨ ਗਿੱਲ ਪੀਜ਼ਨ ਬਲੌਗ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸੋ ਅੱਜ ਆਪਾਂ ਆਏ ਹਾਂ ਬਾਈ ਮੋਟਾ ਲੱਲੂਆਣਾ ਜੀ ਉਹਨਾਂ ਦੀ ਇੰਟਰਵਿਊ ਕਰਨ, ਤੇ ਆ ਜਾਓ ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਹਾਂਜੀ ਬਾਈ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ, ਸਾਰੇ ਚੈਨਲ ਵਾਲਿਆਂ ਨੂੰ ਨਾਲੇ ਤੁਹਾਡੀ ਟੀਮ ਨੂੰ ਬਾਈ ਸਾਰਿਆਂ ਦਾ ਧੰਨਵਾਦ ਜਿਹੜੇ ਆਏ ਬਾਈ ਅੱਜ, ਅਤੇ ਨਾਲੇ ਵੀਰੇ ਸਾਰਿਆਂ ਨੂੰ ਬੇਨਤੀ ਆ ਬਾਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਾਈ, ਅਤੇ ਨਵੀਂ ਅਪਡੇਟ ਦੇਖਦੇ ਰਹੋ। ਸੋ ਹਾਂਜੀ, ਕਰਦੇ ਹਾਂ ਬਾਈ ਨਾਲ ਗੱਲਬਾਤ। ਅਤੇ ਬਾਈ ਜੀ ਜਿਹੜੇ ਆਪਣੇ ਯਾਰ ਮਿੱਤਰ ਆਏ ਆ, ਥੋੜ੍ਹਾ ਜਿਹਾ ਇਹਨਾਂ ਬਾਰੇ ਵੀ ਇੰਟਰੋਡਿਊਸ ਕਰਾਓ ਜੀ। ਇਹ ਆ ਬਾਈ ਗੇਲਿਆਂ ਤੋਂ ਮੁੰਡਾ ਬਿੱਟੂ ਬਾਈ, ਠੀਕ ਹੈ ਜੀ, ਆਪਣਾ ਖਾਸ ਹੀ ਮਿੱਤਰ, ਅਤੇ ਉਹ ਬਾਈ ਅਲੀ ਸ਼ੇਰਾਂ ਤੋਂ ਬਾਈ ਆਪਣੇ ਨਾਲ ਬਾਜ਼ੀਆਂ ਡਾਉਂਦੇ ਨੇ। ਹਾਂਜੀ, ਇਹ ਬਾਈ ਆਪਣੇ ਨਾਲ ਗੈਨੀ ਮੰਨ ਲਓ ਇਕੱਠੇ ਹੀ ਡਾਉਂਦੇ ਆ, ਇਹੀ ਜਾਂਦਾ ਬਾਜ਼ੀਆਂ, ਅਤੇ ਜ਼ਿਆਦਾਤਰ ਮੈਂ ਤਾਂ ਜਾਂਦਾ ਹੀ ਨਹੀਂ ਗਾ। ਅੱਛਾ, ਠੀਕ ਹੈ ਵੀਰ, ਤੁਸੀਂ ਇਕੱਠੇ ਡਾਉਣੇ ਕਬੂਤਰ? ਹਾਂ, ਆਪਣੇ ਇਕੱਠੀ, ਇੱਥੇ ਘਰੇ ਬਸ ਮੈਂ ਡਾਉਣਾ, ਬਾਹਰ ਬਾਜ਼ੀਆਂ ਬੁਜ਼ੀਆਂ ਅਤੇ ਇਹ ਜਾਂਦਾ ਬਾਈ। ਠੀਕ ਹੈ ਜੀ, ਘਰੇ ਤਿਆਰੀ ਤੁਸੀਂ ਕਰਦੇ ਹੋ? ਹਾਂ ਸਾਰੀ, ਠੀਕ ਹੈ, ਬਾਹਰ ਬਾਈ ਜਾਂਦੇ ਨੇ ਬਾਜ਼ੀਆਂ? ਹਾਂ, ਇਹੀ ਜਾਂਦਾ ਬਾਜ਼ੀ। ਠੀਕ ਹੈ ਜੀ, ਸੋ ਕਰਦੇ ਹਾਂ ਅੱਗੇ ਗੱਲਬਾਤ। ਬਾਈ ਆਪਾਂ ਨੂੰ ਕਬੂਤਰਬਾਜ਼ੀ ਦਾ ਸ਼ੌਂਕ ਕਦੋਂ ਤੋਂ ਹੈ? ਬਈ ਹੈਗਾ ਸੀਗਾ ਮੰਨ ਲਓ ਵੀ 4-5 ਤੋਂ ਸੀ ਬਈ। ਠੀਕ ਹੈ ਜੀ। ਹਾਂ, 4-5 ਤੋਂ ਪੈਂਦਾ ਵਾ, ਪਹਿਲਾਂ ਛੋਟੇ ਸੀ, ਘਰੇ ਰੱਖਣ ਨਹੀਂ ਮਿਲਦੇ ਸੀ ਕਦੇ, ਪੁਰਾ ਪਰਾ ਸਰਪੰਚ ਸੀ ਆਪਣੇ ਪਿੰਡ ਦਾ, ਉਹਨਾਂ ਦੇ ਬਾਗੂ ਜਾਂਦੇ ਦੇਖਣ ਜਾਂ ਕੋਈ ਹੋਰ ਕਿਸੇ ਕੋਲੇ, ਅਸਲ ਜਾ ਕੇ ਆਪਾਂ ਰੱਖੇ ਸੀ ਬਈ 7 ਚ ਘਰੇ। ਅੱਛਾ, 2007 ਚ ਆਪਾਂ ਘਰੇ ਰੱਖੇ? ਹਾਂ, ਉਦੋਂ ਬਾਅਦ ਰੱਖੇ ਹੌਲੀ ਹੌਲੀ, ਕਦੇ ਢਾਹਤਾ ਹੁੰਦਾ ਕਦੇ ਪਾ ਲਿਆ, ਬਸ ਬਾਹਲਾ ਉਹ ਸ਼ੌਂਕ ਜ਼ਰੂਰ ਸੀ, ਬਸ ਧਿਆਨ ਜਾਣੀ ਸੀ ਜ਼ਿਆਦੇ। ਹਾਂ ਵੀ ਕੁਛ ਕੁ ਪਤਾ ਹੈ, ਉਦੋਂ ਆਪਾਂ ਥੋੜ੍ਹਾ ਜਿਹਾ ਮਤਲਬ ਜਾਂ ਪੜ੍ਹਾਈ ਕਰਨੀ ਹੁੰਦੇ ਹਾਂ, ਹਾਂ, ਹੈ ਨਾ, ਤਾਂ ਕਰਕੇ ਥੋੜ੍ਹਾ ਜਿਹਾ ਘਰਦਿਆਂ ਨੂੰ ਵੀ ਹੁੰਦਾ, ਅਤੇ ਵੀ ਕਦੇ ਰੱਖ ਲਏ ਕਦੇ ਛੱਡਤੇ ਬਈ, ਹੈ ਨਾ, ਅਤੇ ਵੀ ਆਪਾਂ 2007 ਤੋਂ ਹੀ ਜ਼ਿਆਦਾ ਜਾਂ ਹਾਂ ਉਦੋਂ ਜਾ ਕੇ, ਹਾਂ ਪੱਕਾ ਉਦੋਂ ਜਾ ਕੇ ਖੁੰਡੇ ਪਾ ਲਏ, ਬਸ ਫਿਰ ਮੁੜ ਕੇ ਨਹੀਂ ਆਪਾਂ ਛੱਡੇ ਬਈ ਜਾਨਵਰ, ਬਾਜ਼ੀਆਂ ਆਪਾਂ ਲੱਗੇ ਬਈ 12-13 ਤੋਂ ਜਾ ਕੇ ਛੱਡਣ। ਠੀਕ ਹੈ, ਉਹਨੂੰ ਸ਼ੌਂਕ ਬਹੁਤ ਸੀ ਬਾਜ਼ੀਆਂ 'ਤੇ ਜਾਂਦੇ ਸੀ, ਗੱਲ ਕਰ ਆਪਾਂ ਘਰੋਂ ਨਹੀਂ ਕਦੇ ਵੀ ਛੱਡੀ ਸੀ ਬਾਜ਼ੀ। ਹਾਂ, ਬਸ ਉਦੋਂ ਇੰਨਾ ਸੀਗਾ ਵੀ ਇੱਕ ਤਾਂ ਊਂ ਛੋਟੀ ਮਸ਼ਹੂਰ ਮੱਤ ਸੀ, ਤੁਸੀਂ ਫਿਰ ਬਾਜ਼ੀਆਂ 'ਤੇ ਜਾਣ ਲੱਗੇ ਹੋ ਦੇਖਣ ਵਾਸਤੇ, ਉਦੋਂ ਬਾਅਦ ਵਧਿਆ? ਉਦੋਂ ਬਾਅਦ ਵਧਿਆ ਬਈ ਜਾ ਕੇ। ਅਤੇ ਪਹਿਲੀ ਬਾਜ਼ੀ ਆਪਾਂ ਬਈ ਕਿੱਥੇ ਛੱਡੀ ਸੀਗੀ ਜੀ?
पहली बार जी बई आप चकेरियां होंगे इतने छी बी नाल ही पिंड 3 किलोमीटर से चकेरियां हाँ उस टाइम मान लो 500 चकूतर उड़ता सी बई और अच्छा तो भी मुढ़ सी जरा 500 रुपया हाँ 500 मान लो 13 की गल होगी हाँ जी तो उ जाके उदू बाद फिर लगातार ही फिर हौली हौली वाधे दो उस मान लो उस सीजन च साल च कदे 2 छड़ियां फिर अगले साल 2-4 वध ऐ करते कराते बई भी उदू बाद जाके शौक बढ़िया तो उदू बाद ही आप हिसाब भी बाजिया का इंट्रस्ट बढ़िया ये सी अपनी पहली बाजी हाँ जी बई ठीक है तो उदू बाद फिर अपना कबूतरबाजी हों भी जदों तक आप किसी तो सीखते नहीं जा गुर नहीं लेंदे ठीक है उदों तक कहते ने भी अगे नहीं वध्या जा सकता तो आप गुरु बनाए जी कोई हाँ बई अपना मन लो जो भी दस्या अपन मैं सरगाने तो सी मुंडा गुरजीत बई सारा अपन रास लो से नहीं पाया जाते अपन ठीक है मैं सरखाने तो गुरजीत बई हाँ भी उन्होंने ही राह पाया भी आह गल आए आए फिर हौली हौली चलो एक दो नाल भरा बनते गए हाँ जी है ना मान लो उन्होंने भी आह गल आए बनू ए बनू ए करके जाते बस माड़ा मोटा ध्यान बढ़ता गया सारी चीज ठीक है जी हाँ तो एक बई आप नस्लों की गल करते हैं ते नसल आपां किहड़े किहड़े यारां दोस्तां तों लए ने जां कुछ हुंदे ने भी अपने घरी कबूतर हुंदे आ हना कुछ उन्हां चों बणाए हुंदे जां यारां दोस्तां तों लए ने नहीं वीरे आपां लैता किसी तो भी नहीं कबूतर मान लो कोई बाजी हुंदी बाजी तो रह गया एक तो वह फड़ ले जां कई वारी बाहरों हल के आ जांदा जदों कोई लैण देण नहीं आउंदा तां उह रख ले असल ज्यादा उन्हों तो ही बने ने जा एक दो साल अपने को अपने मित्रा ने कबूतर लाए थे हाँ जी हाँ उस पट्ठे उन्हों तो रोक ले थी अपा अच्छा भी कुछ उन्होंने चो रख ले रख ले सी भी भाई मैं रखने ने बस हाँ जी हाँ जी हाँ बस उ पा पू के आपके घर की ब्रीड जी बना ली सारी ठीक है भी मतलब भी आप खास एक अद्धे यार दोस्त तो आए ने अपने को भी ज्यादा नहीं आप पूरा बरह तो ले नहीं बी ठीक है जी सो बई आप जदों बई ने थोनू दसता सी मैसरखाने वाले ने तो उदू बाद चलो घर खुडे पाले तुसी है ना घर डाउन लग गए उदू बाद आपां पहली बाजी कित्थे छड्डी सी पहली बाजी बई मीरपुर छड्डी सी हाँ जी मान लो उदे बाजी तां उह कबूतर रहिंदे सी मीह मूह आ गया सी बई बस मीह मूह ऐ करके बाजी तां कैंसल मंगू ही हो गई हाँ जी हाँ उदू बाद फिर एक दो बाजियां होर छड्डियां जिवें रोहन छड्डी सी बई उत्थों ही आ गया सी आपां हाँ जी ऐ करके हाँ उदू बाद चलो भी वाहेगुरु ने हाथ वधिया फड़िया भी अपना हिस्सों चौन लग गए तो एक ना बई आप जो कबूतरबाजी करते हैं नवे रखे होंगे है ना तो कोई ये जी गल हुई होने दिल में ठेस पहुँचाई हो बई यार जो नवे नवा बंदा आप रखते हैं बाजिया से जाने जेडे माड़े मोटे आप सीनियर आ ज्यादा पैर ज खचाई जी कराते हैं बई है ना ये समझते ने भी ये इतने की रह गल उन्होंने कई बार आप वे बंद इज्जत दें तो ए समझते भी पता नहीं अपने तक मतलब वास्ते आए हैं ये गल मेन आ गई बई बिच बंदे कई देखे मैं बाले तो नहीं कहना कई देखे हाँ बिचों कुछ होंगे ने एक बई जदों अपना भी वधिया चलो वाहेगुरु ने हाथ फड़ लिया सीगा हाँ जी बई उदू बाद बई दे दसे ही सारे मैसरखाने वाले बई जी ने जिहड़े उन्हां दे दसे ती सामते हो जां कुछ आप भी तब्दील कीता गेम च यारां दोस्तां नाल बई पुछ गए इस करके हाँ जी उहदे करके अद्धे वांगू तब्दीली आई है बई तां जाके ਮਾ ਕਬੂਤਰ ਸਹੀ ਉੱਡਣ ਲੱਗੇ ਨੇ ਬਾਈ ਬਹੁਤ ਫਰਕ ਪੈਂਦਾ ਬਈ ਦਿਨੋਂ ਦਿਨ ਨਾ ਫਰਕ ਪਈ ਜਾਂਦਾ ਗਾ ਬਾਈ ਆਹ ਸਾਲ ਕੁਛ ਹੋਰ ਗੇਮ 'ਤੇ ਉੱਡਿਆ ਗਾਹਾਂ ਨੂੰ ਥੋੜ੍ਹੀ ਮੋਟੀ ਹੋਰ ਵੱਧ ਜੂ ਕਿਉਂਕਿ ਬਾਈ ਖਿਡਾਰ ਬਹੁਤ ਆਈ ਜਾਂਦੀ ਆ ਨਵੇਂ ਤੋਂ ਦਿਨ ਨਾ ਬਾਈ ਜਵਾਕ ਵੀ ਨਹੀਂ ਗੱਲ ਕਰਦਾ ਹਾਂ ਕਿਉਂਕਿ ਗਾਂ ਦੀ ਗਾਂ ਬਾਈ ਖਿਡਾਰ ਦਾ ਵੀ ਫਰਕ ਪਈ ਜਾਂਦਾ ਹੈ ਬੰਦੇ ਦੇ ਦਿਮਾਗ 'ਤੇ ਆ ਬਾਕੀ ਹੈ ਨਾ ਆਪਦੇ 'ਤੇ ਆ ਕਿਉਂਕਿ ਜਦੋਂ ਆਪਾਂ ਕਿਸੇ ਦੀ ਕਹੀ ਗੱਲ 'ਤੇ ਆਪਾਂ ਚੱਲਦੇ ਹਾਂ ਉਹ ਗੱਲ ਅਲੱਗ ਹੈ ਹੈ ਨਾ ਅਤੇ ਜੋ ਪ੍ਰੈਕਟੀਕਲ ਕਰਦੇ ਹਾਂ ਆਪਾਂ ਘਰੇ ਉਹ ਗੱਲ ਅਲੱਗ ਹੈ ਨਾ ਕੁਛ ਆਪ ਵੀ ਵਿੱਚ ਐਡ ਕਰਨਾ ਪੈਂਦਾ ਹਾਂਜੀ ਅਤੇ ਇੱਕ ਦੱਸੋ ਬਈ ਜਦੋਂ ਕੋਈ ਇਹ ਜਿਹੀ ਬਾਜੀ ਦੱਸੋ ਵੀ ਜਿਹਤੇ ਆਪਣਾ ਵੀ ਵਧੀਆ ਰਿਕਾਰਡ ਕਬੂਤਰ ਨੇ ਕਾਇਮ ਕੀਤਾ ਹੋਵੇ ਬਈ ਕਈ ਬਾਜੀਆਂ ਨੇਗੀਆਂ ਬਈ ਇੱਕ ਤਾਂ ਆਪਣਾ ਮੰਨ ਲਓ ਕਿ 3 ਸਾਲ ਤਾਂ ਆਪਾਂ ਨੂੰ ਲਗਾਤਾਰ ਬਈ ਸਪਾਲਾਂ ਤੋਂ ਹੋ ਗਏ ਆਪਣੀ ਸਪਾਲਾਂ ਸਪਾਲ ਕਲਾਂ ਬਈ ਆਦੇ ਕੋਲੇ ਰਹਿ ਗਿਆ ਕਾਲੇ ਕਿਆ ਕੋਲੇ ਸਪਾਲਾ ਹਾਂ ਉੱਥੇ ਆਪਾਂ ਨੂੰ 3 ਸਾਲ ਹੋ ਗਏ ਵੀ ਲਗਾਤਾਰ ਹੀ ਜਿੱਤਦੇ ਆਪਾਂ ਹਾਂ ਆਪਣੀ
ਮੰਨ ਲਓ ਬਾਜੀ ਆਪਾਂ ਵੰਡ ਲੈਂਦੇ ਹਾਂ ਵੀ ਆਪਾਂ ਕਿਸੇ ਨਾਲ ਸਿਰੇ ਜੇ ਨਹੀਂ ਗਏ ਬਾਈ ਚਾਹੇ ਆਪਣੇ ਵੀ ਚਾਰ ਵੰਡ ਲਓ ਚਾਹੇ ਦੋ ਵੰਡ ਲਓ ਤੇ ਵੀ ਉੱਥੇ ਆਪਣੇ ਇੱਕ ਸਾਲ ਦਾ ਕੂਲਰ ਵਾਧੂ ਉੱਡੀ ਬਾਈ ਸਾਰਿਆਂ ਤੋਂ ਕੂਲਰ ਜਿੱਤਿਆ ਬਾਈ ਅੱਛਾ ਜੀ ਤੇ ਐਤਕੀ ਵੀ ਪਿਛਲੇ ਸਾਲ ਬਾਈ ਆਪਣਾ ਮੰਨ ਲਓ ਸਵਾ ਘੰਟੇ ਦੀ ਵਿੱਥੀ ਪਾ ਕੇ ਕਬੂਤਰ ਫੇਰ ਢਾਂਗੇ ਚੜਿਆ ਕੱਪ ਸੀਗਾ ਠੀਕ ਹੈ ਪਿਛਲੇ ਸਾਲ ਵੀ ਆਪਣਾ ਉੱਥੇ ਸਾਰਿਆਂ ਤੋਂ ਵੱਧ ਉੱਡਿਆ ਰੱਤਾ ਕਬੂਤਰ ਹਾਂਜੀ ਹਾਂਜੀ ਹਾਂ ਬਾਈ ਤੇ ਮੰਨ ਲਓ ਹੋਰ ਇੱਕ ਮੰਡ ਸੀ ਬਾਈ ਬਾਜੀ ਹਾਂਜੀ ਮੰਨ ਲਓ ਅੜੀ ਫਸੀ ਚ ਉੱਥੇ ਵੀ 70 ਕਬੂਤਰ ਉੱਡੇ ਸੀ ਬਾਈ ਉੱਥੇ ਵੀ ਆਪਣੀ ਸਾਰਿਆਂ ਤੋਂ ਵੱਧ ਦੋ ਕਬੂਤਰ ਸੀ ਬਾਈ ਸਭ ਤੋਂ ਵੱਧ ਉੱਡੀਆਂ ਸੀ ਇੱਕ ਜਦੋਂ ਚਲੋ ਵੱਧ ਉੱਡੀ ਸੀਗੀ ਇੱਕ ਬਹਿ ਗਈ ਸੀ ਇੱਕ ਦੋ ਥੱਲੇ ਠੀਕ ਹੈ ਤੇ ਹਾਂ ਇੱਕ ਬਾਈ ਲੁਧਿਆਣੇ ਸਾਈਡ ਉੱਡੀ ਸੀ ਆਪਣੀ ਬਾਈ ਐਲ ਸੀ ਡੀ ਜਿੱਤੀ ਸੀ ਬਾਈ ਆਪਣੀ ਉਹ ਅੱਛਾ ਐਲ ਸੀ ਡੀ ਜਿੱਤੀ ਸੀ ਲੁਧਿਆਣੇ ਸਾਈਡ ਹਾਂ 35 ਮਿੰਟ ਵੱਧ ਉੱਡੀ ਸੀ ਬਾਈ ਉਹ ਮੰਨ ਲਓ ਮਹਿਲਾਂ ਤੋਂ ਗਾਹਾਂ ਜੇ ਆ ਗਿਆ ਸੀ ਬਾਈ ਪਿੰਡ ਉਹ ਮੇਰੇ ਧਿਆਨ 'ਚ ਮਹਿਲਾਂ ਤੋਂ ਹਾਂ ਠੀਕ ਹੈ ਜੀ ਤੇ ਹੋਰ ਕੋਈ ਆਪਣੇ ਏਰੀਏ ਦੇ ਵਿੱਚ ਕੋਈ ਵਧੀਆ ਬਾਜੀ ਏਰੀਏ 'ਚ ਬਾਈ ਮੰਨ ਲਓ ਵੀ ਉੱਡੇ ਸਾਰੇ ਮੰਨ ਲਓ ਕਈ ਥਾਂ ਜਿੱਤਾਂ ਹਾਸਲ ਕਰੀਆਂ ਨੇ ਬਾਈ ਪਰ ਆਪਾਂ ਸਿਰੇ ਜੇ ਨਹੀਂ ਗਏ ਵੀ ਮੰਨ ਲਓ ਵੀ ਚਾਹੇ 3 'ਚ ਵੰਡੀ ਗਈ 4 'ਚ ਵੰਡੀ ਗਈ ਆਪਣੀ ਬਹੁਤੇ ਥਾਂ ਬਾਈ ਸਾਂਝੀਆਂ ਏਰੀਏ 'ਚ ਆਪਣੇ ਕਈ ਪਿੰਡਾਂ 'ਚ ਸਾਂਝੀਆਂ ਹੋਈਆਂ ਨੇ ਵੀ ਕਿ ਇਹੋ ਜਿਹਾ ਕੋਈ ਪਿੰਡ ਨਹੀਂ ਹੋਣਾ ਬਾਈ ਜਿਹੜੇ 'ਚ ਆਪਾਂ ਮੰਨ ਲਓ ਸਾਂਝੀ ਨਾ ਹੋਈ ਹੋਵੇ ਬਾਈ ਆਪਣੀ ਠੀਕ ਹੈ ਜੀ ਹਾਂ ਸੋ ਇੱਕ ਮੇਰੇ ਵੀਰੇ ਦੱਸਦਾ ਤੁਹਾਨੂੰ ਜਿੱਥੇ ਅੱਜ ਬਾਈ ਲੱਲੂਆਣੇ ਮੋਟੇ ਕੋਲ ਆਏ ਹੋਏ ਆ ਇਹ ਸਾਡਾ ਮਾਨਸਾ ਜ਼ਿਲ੍ਹਾ ਦਾ ਪਿੰਡ ਹੈ ਬਾਈ ਲੱਲੂਆਣਾ ਠੀਕ ਹੈ ਬਾਈ ਦਾ ਗੱਲਬਾਤ ਕਰਨ ਇੰਟਰਵਿਊ ਲੈਣ ਆਏ ਆ ਇਹ ਮਾਨਸਾ ਜ਼ਿਲ੍ਹੇ ਦਾ ਪਿੰਡ ਹੈ ਬਾਈ ਲੱਲੂਆਣਾ ਮਾਨਸਾ ਤੋਂ ਕਿੰਨਾ ਕਿਲੋਮੀਟਰ ਪੈਂਦਾ ਵੀਰੇ ਇਹ 4 ਕਿਲੋਮੀਟਰ ਦੇ ਰਹੇ ਮਾਨਸਾ ਤੋਂ 4 ਕਿਲੋਮੀਟਰ ਹੈ ਜੀ ਸੋ ਆ ਜਾਓ ਅੱਗੇ ਹੋਰ ਗੱਲਬਾਤ ਕਰਦੇ ਹਾਂ ਅਤੇ ਇੱਕ ਨਾ ਬਾਈ ਜਦੋਂ ਆਪਾਂ ਬੱਚੇ ਕਢਾਉਣੇ ਆ ਹੈ ਨਾ ਅਤੇ ਕਈ ਨਾ ਜਦੋਂ ਬੱਚੇ ਐਸਾ ਜਦੋਂ ਕਢਾ ਲਏ ਆਪਾਂ ਹੈ ਨਾ ਕਈ ਬੱਚੇ ਵੱਡੇ ਹੋ ਜਾਂਦੇ ਨੇ ਹਾਂਜੀ ਬਾਈ ਮਤਲਬ ਵੀ ਚੱਲ ਆਪਾਂ ਢਾਂਗੀ 'ਤੇ ਲਾਉਣ ਲੇਟ ਹੋ ਜਾਂਦੇ ਹਾਂ ਹਾਂ ਠੀਕ ਹੈ ਅਤੇ ਉਹ ਬੱਚੇ ਬਾਈ ਤੁਸੀਂ ਕਿਹੜੇ ਹਿਸਾਬ ਨਾਲ ਘਜਾਉਣੇ ਕਈ ਵਾਰੀ ਤੁਸੀਂ ਵੱਡੇ ਬੱਚੇ ਆਪਣੇ ਕੋਲ ਰਹਿ ਜਾਂਦੇ ਹੈ ਨਾ ਆਪਾਂ ਨਹੀਂ ਪਹਿਲਾਂ ਬਾਹਰ ਕੱਢਦੇ ਛੋਟੇ ਹੁੰਦੇ ਵੀ ਉਹ ਜ਼ਿਆਦਾ ਤੰਗ ਕਰਦੇ ਆ ਜਾਂ ਸੌਖੇ ਲੱਗ ਜਾਂਦੇ ਨੇ ਨਹੀਂ ਬਾਈ ਬੜੀ ਮੁਸ਼ਕਲ ਨਾਲ ਲੱਗਦੇ ਆ ਬਈ ਯਾਰ ਜਿੰਨਾ ਛੋਟਾ ਬੱਚਾ ਬਈ ਸੌਖਾ ਗਈਦਾ ਵੱਡਾ ਬੱਚਾ ਬਹੁਤ ਨਜਾਇਜ਼ ਹੀ ਤੰਗ ਕਰਦਾ ਬਈ ਜਾ ਕੇ ਪਹਿਲੀਆਂ ਤਾਂ ਉਹ ਡਾਈਆਂ 'ਚ ਸਹੀ ਨਹੀਂ ਪੈਂਦਾ ਕਿਉਂ ਜਦੋਂ ਡਰਦਾ ਉਹ ਬਾਹਰ ਅੰਦਰ ਬੈਠਣ ਲੱਗ ਜਾਂਦਾ ਜਾਨਵਰ ਡਾਈਆਂ ਜਿੰਨਾ ਮੰਨ ਲਓ ਛਾਤਰੀ ਦਾ ਜਾਂ ਜਾਲ ਦਾ ਬੱਚਾ ਘਰ ਦਾ ਸੌਖਾ ਗਈਦਾ ਗਾ ਬਈ ਉਨੇ ਹੀ ਜ਼ਿਆਦਾ ਉਹ ਆਪਦੀ ਉਡਾਨ 'ਚ ਵਧੀਆ ਫਰਕ ਪਾਉਂਦਾ ਕਿਉਂ ਵਧੀਆ ਸੋਹਣਾ ਖੁੱਲ੍ਹਦਾ ਉਹ ਬਾਹਰ ਨਹੀਂ ਚਸ ਕਰਦਾ ਬੈਠਣ ਦੀ ਬੱਚਾ ਅਤੇ ਕੋਈ ਇਹ ਜੀ ਬਾਜੀ ਬਈ ਜਿੱਥੇ ਵੀ ਸਾਂਝੀ ਨਾ ਹੋਈ ਹੋਵੇ ਜਾਂ ਆੜ ਫਸ ਵਾਲੀ ਕੋਈ ਹੋਵੇ ਬਾਜੀ ਆਪਣੀ ਹੈ ਨਾ ਕੋਈ ਇਹੋ ਜਿਹੀ ਬਾਜੀ ਕਈ ਬਾਜੀਆਂ ਨੇ ਮੰਨ ਲਓ ਹੋਈਆਂ ਤਾਂ ਹਾਂਜੀ ਜ਼ਿਆਦਾ ਆਪਣੀ 2 ਸਾਲ ਹੋ ਗਏ ਪਿੱਛੇ ਫਿਆਤਲੇ ਹੋਈ ਸੀ ਬਾਈ ਆਪਣੀ ਮੰਨ ਲਓ 3 ਕਬੂਤਰ ਸੀ ਬਾਈ ਅੱਡ ਉਹਨਾਂ ਦੀ ਆਪਣੀ ਉਹਨਾਂ ਨਾਲ ਹੈ ਨਹੀਂ ਸੀ ਜੀ ਹਾਂਜੀ ਅਤੇ ਆਪਣਾ ਦੂਜਾ ਤੀਜਾ ਕਬੂਤਰ ਹਰ ਗਿਆ ਸੀ ਬਾਈ ਉਹਨਾਂ 'ਚੋਂ ਇੱਕ ਬਹਿ ਗਿਆ ਸੀ ਮੰਨ ਲਓ 2 ਰਹਿ ਗਏ ਸੀਗੇ ਥੋੜ੍ਹੇ ਜਿਹੇ ਫਰਕ ਨਾਲ ਜਿੱਤੇ ਸੀ ਉਹ 20-25 ਮਿੰਟਾਂ ਨਾਲ ਉੱਥੇ ਆਪਣੀ ਸਾਂਝੀ ਨਹੀਂ ਹੋਈ ਉਹਨਾਂ ਨਾਲ ਬੰਦਿਆਂ ਨਾਲ ਠੀਕ ਹੈ ਜੀ ਹਾਂ ਅਤੇ ਇਹ ਸਾਰਾ ਜਿਹੜਾ ਆਪਣੇ ਕੋਲ ਬਲੱਡ ਹੈ ਇਹ ਸਾਰਾ ਆਪਣੇ ਘਰ ਦਾ ਹੀ ਹੈ ਇੱਕ ਹਿਸਾਬ ਨਾਲ ਘਰ ਦਾ ਬਾਈ ਹਾਂ ਵੀ ਆਪਣੇ 'ਚ ਲੈਣ ਦੇਣ ਕਿਸੇ ਦਾ ਨਹੀਂ ਬਾਈ ਆਪਣੇ ਦਾ ਊਂ ਵੈਸੇ ਨਸਲਾਂ ਕਿਹੜੀਆਂ ਕਿਹੜੀਆਂ ਨੇ ਹੈ ਤਾਂ ਚੱਲ ਕਰਦੇ ਆ ਵੀ ਬਲੱਡ ਕਿਹੜਾ ਕਿਹੜਾ ਮਤਲਬ ਆਪਣੇ ਕੋਲ ਇਹਨਾਂ 'ਚ ਮੰਨ ਲਓ ਫੂਲੇ ਵਾਲੇ ਆ ਗਏ ਕਬੂਤਰ ਬਾਈ ਹਾਂਜੀ ਅਤੇ ਗੁਰਦੇਵ ਕੇ ਆ ਗਏ ਹਾਂਜੀ ਮੀਰਾਬਾਂ 'ਚ ਉਹ ਵੀ ਆ ਗਏ ਬਾਈ ਅਤੇ ਜਾਂਟੇ ਕੇ ਲਗਭਗ 5-7 ਕਿਸਮਾਂ ਦੀਆਂ ਹੈਗੀਆਂ ਨੇ ਬਾਈ ਇਹ ਠੀਕ ਹੈ ਜੀ ਹਾਂ ਅਤੇ ਇੱਕ ਬਾਈ ਪਰ ਪਟਾਈ ਤੋਂ ਬਾਅਦ ਹਾਂਜੀ ਬਾਈ ਹੁਣ ਆਪਾਂ ਪਰ ਪਟਾਈ ਕਰਕੇ ਹੈ ਨਾ ਬੱਚੇ ਸਰ ਵੀ ਆ ਰਹੇ ਨੇ ਕੁਛ ਆਪਾਂ ਨਵੇਂ ਬੱਚੇ ਵੀ ਕਢਾ ਰੱਖੇ ਨੇ ਹੈ ਨਾ ਇਹਨਾਂ ਨੂੰ ਖੁਰਾਕ ਕਿਹੜੀ ਤੁਸੀਂ ਸ਼ੁਰੂ ਕੀਤੀ ਹੋਈ ਹੈ ਖੁਰਾਕ ਕੀ ਪਾਉਣੇ ਹੋ ਤੁਸੀਂ ਖੁਰਾਕ ਬਈ ਆਪਣਾ ਹਲਕੇ ਫੁਲਕੇ ਜੇ ਤਾਂ ਛੋਲੇ ਹੋ ਗਏ ਬਾਈ ਹਾਂਜੀ ਸੋਇਆਬੀਨ ਮਾੜੀ ਮੋਟੀ ਅਤੇ ਸਰੋਂ ਅਤੇ ਕਣਕ ਬਈ ਜਾਂ ਮਗਜ ਪਾਈ ਜਾਂਦੇ ਠੀਕ ਹੈ ਵੀ ਸਰੋਂ ਅਤੇ ਕਣਕ ਤਾਂ ਰੂਟੀਨ ਹੀ ਆ ਪੱਕਾ ਹਾਂ ਉਹ ਤਾਂ ਪੱਕਾ ਹੀ ਆ ਅਤੇ ਛੋਲੇ ਹੋ ਗਏ ਹਾਂ ਅਤੇ ਸੋਇਆਬੀਨ ਅਤੇ ਮਗਜ ਮਗਜ ਬਈ ਠੀਕ ਹੈ ਅਤੇ ਮਗਜ ਜ਼ਿਆਦਾ ਗਰਮ ਤਾਂ ਨਹੀਂ ਹੁੰਦੇ ਨਹੀਂ ਬਾਈ ਵੀ ਆਹ ਮੌਸਮ 'ਚ ਸਹੀ ਹੁੰਦੇ ਨੇ ਸਹੀ ਜ਼ਿਆਦਾ ਆਪਾਂ ਗਰਮੀਆਂ 'ਚ ਪਾਉਣੇ ਫਿਰ ਤਾਂ ਹਾਂ ਨਾ ਸਹੀ ਆ ਬਈ ਉਹ ਇੰਨੇ ਕਿਉਂਕਿ ਜਿਹੜੇ ਆਪਣੇ ਤਰਬੂਜ ਦੇ ਹੋ ਗਏ ਕੱਦੂ ਦੇ ਹੋ ਗਏ ਠੰਡੀ ਹੁੰਦੇ ਆ ਲਗਭਗ ਬਈ ਗਰਮ ਹੁੰਦੇ ਨਹੀਂ ਗੇ ਹਾਂ ਜੇ ਬਾਹਲਾ ਜ਼ਿਆਦਾ ਪਾਉਣੇ ਇਹਦੇ ਨਾਲ ਜਾਨਵਰ ਜ਼ਰੂਰ ਬਈ ਜਿੱਥੋਂ ਤੱਕ ਮੇਰਾ ਆਈਡੀਆ ਵੀ ਮੈਂ ਬਾਹਲਿਆਂ ਦਾ ਤਾਂ ਨਹੀਂ ਕਹਿੰਦਾ ਵੀ ਜਿੱਥੋਂ ਤੱਕ ਮੈਂ ਆਪਾਂ ਭੱਜਣ ਜ਼ਰੂਰ ਲੱਗ ਜਾਂਦੇ ਆ ਕਬੂਤਰ ਇਹਦੇ ਨਾਲ ਕਿਉਂਕਿ ਜਾਂਚ ਜ਼ਿਆਦਾ ਹੋ ਜਾਂਦੇ ਆ ਇਹ ਗੱਲ ਮੈਂ ਵੀ ਸੁਣੀ ਸੀ ਨਾ ਵੀ ਜੇ ਆਪਾਂ ਮਗਜ਼ ਜ਼ਿਆਦਾ ਪਾ ਦਈਏ ਹੈ ਨਾ ਕਬੂਤਰ ਭੱਜਣ ਲੱਗ ਜਾਂਦੇ ਨੇ ਹਾਂਜੀ ਬਈ ਸੋ ਮੇਰੇ ਨਵੇਂ ਭਰਾਵਾਂ ਵਾਸਤੇ ਬਾਈ ਬਹੁਤ ਵਧੀਆ ਗੱਲਾਂ ਦੱਸ ਰਿਹਾ ਖੁਰਾਕ ਦਾ ਵੀ ਆ ਅੱਗੇ ਵੀ ਹੋਰ ਗੱਲਾਂ ਬਾਤਾਂ ਬਾਈ ਤੋਂ ਪੁੱਛਾਂਗੇ
ਤੇ ਬਈ ਇਸ ਸੀਜ਼ਨ ਵਾਸਤੇ ਫਿਰ ਤਿਆਰੀ ਕਿਵੇਂ ਆ? ਖੁੱਲਾ ਬਈ ਕਿਰਾਂ ਤਾਂ ਅੱਗੇ ਪ੍ਰਮਾਤਮਾ ਦੀ ਮਿਹਰ ਦੇਖਦੇ ਆ ਕੀ ਗੱਲਬਾਤ। ਹਾਂਜੀ, ਤੇ ਵਧੀਆ ਕਢਾ ਰੱਖਿਆ ਕਿ ਬੱਚੇ? ਬੱਚੇ ਹੈਗੇ ਨੇ ਬਈ 100 ਪਲੱਸ। ਤੇ ਆਪਣੇ ਪਿੰਡ ਲੱਲੂਆਂ ਨੇ ਵੀ ਬਈ ਬਾਜੀ ਕਰਾਉਣੇ ਹੁੰਦੇ? ਹਾਂ ਬਈ, ਲੱਲੂਆਂ ਨੇ ਬਾਜੀ ਆਪਾਂ ਪਿਛਲੀ ਵਾਰੀ ਥੋੜਾ ਜਿਹਾ ਮੰਨ ਲਓ ਗੰਦ ਜਿਹਾ ਪੈ ਗਿਆ ਸੀ ਮੀਂਹ ਕਰਕੇ, ਪਰ ਉਸ ਤੋਂ ਬਾਅਦ ਆਪਾਂ ਥੋੜੇ ਟਾਈਮ ਬਾਅਦ ਵੀ ਉਹ ਗੰਦ ਨੂੰ ਉਹ ਕਰਕੇ ਬੱਚਿਆਂ ਦੀ ਬਾਜੀ ਛੜਾਈ ਸੀ ਬਾਈ ਦੂਸਰ ਦੀ, ਉਹ ਆਪਾਂ ਪੂਰੀ ਸੋਹਣੀ ਬਾਜੀ ਕਰਵਾ ਕੇ ਛੜਾਈ ਆ ਬਾਈ ਐਂ ਨਿਮੇੜੀਆ ਦੂਸਰ 'ਚ। ਅਤੇ ਹੁਣ ਵੀ ਬਾਈ ਆਪਣੇ ਪਿੰਡ 6 ਮਈ ਦੀ ਬਾਜੀ ਆ ਬਾਈ, 6 ਮਈ ਦੀ। ਹਾਂਜੀ ਬਾਈ, ਸੋ ਮੇਰੇ ਸਾਰੇ ਭਰਾ ਨੋਟ ਕਰ ਸਕਦੇ ਤੁਸੀਂ, 6 ਮਈ ਦੀ ਪਿੰਡ ਲੱਲੂਆਣੇ ਜ਼ਿਲ੍ਹਾ ਮਾਨਸਾ ਬਾਜੀ ਐਵਰੇ। ਐਂਟਰੀ ਫੀਸ ਅਤੇ ਇਨਾਮ ਦੱਸ ਦਿਓ ਬਾਈ। ਨਾਮ ਆਪਾਂ ਦੇਣਾਂਗੇ ਫਰਿੱਜ ਪਹਿਲਾ ਨਾਮ, ਦੂਜਾ ਵਾਸ਼ਿੰਗ ਮਸ਼ੀਨ, ਤੀਸਰਾ ਕੂਲਰ, ਚੌਥਾ ਪੱਖਾ ਅਤੇ ਕੱਪ ਬਾਈ। ਅਤੇ ਐਂਟਰੀ ਫੀਸ ਆ ਬਾਈ 2200 ਰੁਪਇਆ ਰੱਖੀ, 2200 ਇਸ ਕਰਕੇ ਰੱਖੀ ਆ ਵੀ ਯਾਰ ਗਰੀਬ ਤੋਂ ਗਰੀਬ ਬੰਦਾ ਵੀ ਛੱਡ ਸਕਦਾ, ਕਿਉਂਕਿ ਜਿਹਦੀ ਜੇਬ 'ਚ ਪੈਸੇ ਉਹਦਾ 10000 ਵਾਲੀ ਵੀ ਛੱਡ ਲੂ ਬਾਈ, 5 ਵਾਲੀ ਵੀ ਛੱਡ ਲੂ। ਆਪਾਂ ਪਹਿਲ ਉਹ ਬੰਦਿਆਂ ਨੂੰ ਦਿੱਤੀ ਆ ਵੀ ਜਿਹੜੇ ਬੰਦੇ ਕੋਈ 2-4 ਬਾਜੀਆਂ ਛੱਡਣ ਵਾਲੇ ਹੁੰਦੇ ਨੇ ਬਾਈ, ਕਬੂਤਰ ਵੱਧ ਉੱਡ ਦਿੰਦੇ ਨੇ ਪੈਸੇ ਕਾਰਨ, ਉਹ ਬਾਜੀ ਨਹੀਂ ਛੱਡ ਸਕਦੇ। ਇਹ ਗੱਲ ਬਾਈ ਨੇ ਬਹੁਤ ਵਧੀਆ ਕਹੀ ਹੈ ਜੀ। ਅੱਜ ਕੱਲ੍ਹ ਐਂਟਰੀਆਂ ਹੋ ਰਹੀਆਂ ਨੇ ਮਹਿੰਗੀਆਂ, ਅਤੇ ਜਿਹੜੇ ਨਵੇਂ ਨੇ ਜਾਂ ਘਰੋਂ ਠੀਕ ਨੇ, ਸੋ ਉਹ ਬਾਹਲੀਆਂ ਮਹਿੰਗੀਆਂ ਐਂਟਰੀਆਂ ਭਰ ਨਹੀਂ ਸਕਦੇ। ਬਾਈ ਹੋਰਾਂ ਨੇ ਐਂਟਰੀ ਫੀਸ ਵੀ ਸਹੀ ਰੱਖੀ ਹੈ, 2200 ਰੁਪਇਆ ਰੱਖੀ ਹੈ। ਸੋ ਬਾਈ ਹੋਰੀ ਅਪਡੇਟ ਜ਼ਰੂਰ ਪਾ ਦੇਣਗੇ, ਜਦੋਂ ਐਂਟਰੀਆਂ ਪਹਿਲਾਂ ਫੜਨੀਆਂ ਹੋਈਆਂ ਜਾਂ ਟਾਈਮ 'ਤੇ ਫੜਨਗੇ, ਉਹ ਆਪਣੇ ਆਪ ਅਪਡੇਟ ਤੁਹਾਨੂੰ ਦੱਸ ਦਿਆਂਗੇ, ਠੀਕ ਹੈ, ਕਦੋਂ ਪਾਉਣਗੇ। ਅਤੇ ਇੱਕ ਗੱਲ ਬਾਈ, ਅੱਗੇ ਤੁਸੀਂ ਚੇਲੇ ਵੀ ਬਣਾਏ ਹੋਏ ਨੇ? ਹਾਂ ਬਾਈ, ਹੈਗੇ ਨੇ ਆਪਣੇ ਬਾਈ 6-7 ਚੇਲੇ ਬਣ ਕੇ ਗਏ ਨੇ ਮੁੰਡੇ, ਐਤਕੀ ਵਾਲੇ ਸਾਲ ਹੀ ਬਣੇ ਨੇ ਬਾਈ 3 ਤਾਂ। ਹਾਂਜੀ, ਕੁਛ ਪੁਰਾਣੇ ਸੀਗੇ ਬਾਈ, ਪਿਛਲੇ ਸਾਲ ਸੀ, 1-2 ਪਿਛਲੇ ਸਾਲ ਸੀ। ਵਧੀਆ ਬਾਜੀਆਂ ਉਹ ਵੀ? ਹਾਂ ਹਾਂ, ਵਧੀਆ ਬਾਈ ਐਤਕੀ ਵਾਲੇ ਤਾਂ ਚੱਲ ਆ ਸੀਜ਼ਨ ਦੇਖਣਗੇ ਐਤਕੀ। ਹਾਂ ਇਹ ਦੇਖਣ, ਪਿਛਲੇ ਨੇ ਜਿਹੜੇ ਉਹ ਵਧੀਆ, ਮਤਲਬ ਵੀ ਸਾਰਿਆਂ ਨੂੰ ਤੁਸੀਂ ਇੱਕ ਸਮਾਨ ਹੀ ਰੱਖ ਕੇ, ਮਤਲਬ ਸਭ ਨੂੰ ਦੱਸਿਆ ਬਾਈ ਸਭ ਨੂੰ ਬਾਈ, ਕਿਉਂਕਿ ਅੱਜ ਕੱਲ੍ਹ ਵੀਰੇ ਗੱਲ ਚੱਲਦੀ ਹੁੰਦੀ ਹੈ ਨਾ, ਚੇਲੇ ਤਾਂ ਕਹਿੰਦੇ ਬਣਾ ਲੈਂਦੇ ਨੇ, ਹੈ ਨਾ। ਹਾਂ ਬਾਈ, ਵੀ ਕਈ, ਚਲੋ ਆਪਾਂ ਨੂੰ ਤਾਂ ਆਪਾਂ ਨਾ ਕਿਸੇ ਨੂੰ ਚੰਗਾ ਕਹੀਏ ਨਾ ਮਾੜਾ ਕਹੀਏ, ਪਰ ਕਹਿੰਦੇ ਨੇ ਵੀ ਉਸਤਾਦ ਤਾਂ ਬਣਾ ਲੈਂਦੇ ਨੇ, ਠੀਕ ਹੈ, ਮੁੜ ਕੇ ਉਸਤਾਦ ਕੁਛ ਦੱਸਦਾ ਨਹੀਂ ਜਾਂ ਕੁਛ ਵੀ ਹੈ, ਹੈ ਨਾ ਬਾਈ। ਇਹ ਗੱਲ ਕਿਵੇਂ ਆ ਬਾਈ, ਤੁਹਾਨੂੰ ਸਹੀ ਹੈ ਜਾਂ ਗਲਤ ਲੱਗਦੀ ਹੈ? ਨਹੀਂ ਇਹ ਵੀ ਗੱਲ ਆ, ਕਿਵੇਂ ਹੋਣਾ ਚਾਹੀਦਾ ਜਦੋਂ ਯਾਰ ਬੰਦਾ ਬਾਈ ਕੋਈ ਵੀ ਆ ਜਿੱਥੋਂ ਤੱਕ ਉਸਤਾਦ ਬਣਾ ਕੇ ਜਾਂਦਾ ਤਾਂ ਉਹਨੂੰ ਆਪਦਾ ਸਭ ਕੁਛ ਮੰਨ ਕੇ ਜਾਂਦਾ। ਹਾਂਜੀ, ਮੇਨ ਗੱਲ ਬਾਈ ਇਹਦੀ ਕੋਈ ਕਬੂਤਰਾਂ ਦੀ ਵੀ ਨਹੀਂ ਹੁੰਦੀ, ਹੈ ਨਾ, ਆਪਾਂ ਵੀ ਇਕੱਲੇ ਕਬੂਤਰਾਂ ਤੱਕ ਹੀ ਮਤਲਣਾ ਬਦਲਣਾ ਵਰਤਣਾ ਅਗਲੇ ਨਾਲ ਵੀ। ਅਤੇ ਜਦੋਂ ਕਈ ਉਸਤਾਦ ਬਣ ਲੈਂਦੇ ਆ, ਲੈ ਦੇ ਵੀ ਲੈਂਦੇ ਆ, ਤਾਂ ਅਗਲੇ ਮੁੜ ਕੇ ਉਹਦੇ ਚੇਲੇ ਦੀ ਕੋਈ ਬਾਤ ਵੀ ਨਹੀਂ ਪੁੱਛਦੇ ਬਾਈ। ਹਾਂਜੀ, ਬਸ ਇੰਨਾ ਕੁ ਮਤਲਬ, ਇਹ ਵੀ ਬੰਦਿਆਂ ਦੀ ਗਲਤ ਆ ਗੱਲ ਵਿੱਚ, ਹੈ ਨਾ, ਕਿਉਂਕਿ ਜਦੋਂ ਆਪਾਂ ਨੂੰ ਸਭ ਕੁਛ ਮੰਨ ਕੇ ਜਾਂਦਾ, ਆਪਾਂ ਨੂੰ ਉਹਨਾਂ ਦੇ ਦੁੱਖ ਸੁੱਖ ਵੀ ਕੱਢਣ ਦਾ ਹੱਕ ਬਣਦਾ ਬਾਈ। ਹਾਂਜੀ ਹਾਂਜੀ, ਅਤੇ ਇਹ ਬੰਦੇ ਮੈਂ ਕਈ ਦੇਖ ਲਏ ਬਾਈ ਇਸ ਗੱਲੋਂ ਵੀ ਯਾਰ ਆਪਦੇ ਅੱਖੀਂ ਵੀ ਯਾਰ ਬਸ ਮਤਲਬ ਇੱਥੋਂ ਤੱਕ ਹੀ ਮਤਲਬ ਆ। ਸੋ ਆ ਜਾਓ ਜੀ, ਹੁਣ ਆਪਾਂ ਕਰਦੇ ਹਾਂ ਬਾਈ ਦੇ ਕਬੂਤਰਾਂ ਦਾ ਸ਼ੌਂਕ, ਅਤੇ ਇੱਕ ਹੋਰ ਕਈ ਬਾਈ ਆਪਣੇ ਕਹਿੰਦੇ ਨੇ ਕੁਸ਼ਕਾਂ ਦੀ ਕਹਾਵਤ ਬਣੀ ਹੋਈ ਹੈ ਵੀ, ਹੈ ਨਾ, ਰੱਤੇ ਨੀਲੇ ਇਹ ਉੱਡਦੇ ਨਹੀਂ। ਸੋ ਦਿਖਾਉਂਦੇ ਹਾਂ ਬਾਈ ਦੀ ਅੱਜ ਬਾਜੀਆਂ ਜਿੱਤੀ ਹੋਈ ਕਬੂਤਰੀ ਹੈ। ਹਾਂਜੀ, ਇਹ ਕਿਹੜੀ ਆ ਬਾਈ ਕਬੂਤਰੀ? ਇਹ ਬਾਈ ਕੂਲੇ ਵਾਲੇ ਕਬੂਤਰਾਂ 'ਚੋਂ ਆ ਮੰਨ ਲਓ। ਹਾਂਜੀ, ਅਤੇ ਮੰਨ ਲਓ ਆਪਣੇ ਸਾਰੇ ਪਿੰਡ ਨੂੰ ਹੀ ਪਤਾ ਬਾਈ, ਘਰੇ ਉੱਡਦੀ ਸੀ ਜਦੋਂ। ਹਾਂਜੀ, 2-2-3-3 ਬਾਜੀਆਂ ਇਹਨੇ 2-3 ਬਾਜੀਆਂ ਘਰੇ ਨਿਮੇੜੀਆਂ ਹੋਈਆਂ ਨੇ ਬਾਈ, ਇੰਨੀ ਡਾ ਵੀ ਆ, ਅਤੇ ਇੱਕ ਬਾਜੀ ਆਪ ਜਿੱਤੀ ਹੋਈ ਆ, ਅਤੇ ਦੂਜੀ ਤੋਂ ਇਹ ਹੱਲ ਗਈ ਸੀ ਬਾਈ, ਮੌਸਮ ਖਰਾਬ ਕਰਕੇ ਸਵੇਰੇ ਹੱਲ ਗਈ ਹੈ। ਠੀਕ ਹੈ, 9 ਵਜੇ ਹੱਲ ਗਈ ਸੀ, ਉਹਦੇ ਵੀ ਬਾਜੀ 5 ਵਜੇ ਨਿਬੜ ਗਈ ਸੀ ਬਾਈ, ਅਤੇ ਇਹ 8:30 ਰਾਤ ਨੂੰ ਡਿੱਗੀ ਸੀ ਦੂਜੇ ਪਿੰਡ। ਹਾਂਜੀ, ਅਤੇ ਤਾਂ ਕਰਕੇ ਇਹ ਇੱਕ ਇਹ ਬਾਈ ਇਹ ਪੂਲੇ 'ਚ ਇੱਕ ਆ ਸੀ ਬਾਈ, ਇਹ ਦੋਨੇ ਸਕੀਆਂ ਭੈਣਾਂ ਨੇ, ਦੇਖ ਲਓ ਇਹ ਦੋਨਾਂ ਦਾ ਫਰਕ ਦੇਖ ਲਓ ਕੀ ਗੱਲਬਾਤ ਹੈ, ਦੋਨੇ ਫੁੱਲ ਗਰਮੀ ਨੂੰ ਕਾਢੀਆਂ ਨੇ ਬਾਈ, ਜਿੰਨੀ ਵੀ ਕਹਿ ਦਿਓ। ਠੀਕ ਹੈ ਜੀ, ਹਾਂ ਇੰਨੀ ਜ਼ਿਆਦਾ ਮੰਨ ਲਓ ਦੋਨੇ ਭੈਣਾਂ ਦਾ ਦੇਖ ਲਓ ਫਰਕ ਕੀ ਹੈ, ਇੱਕ ਘੱਗੀ ਗੋਲੀ ਆ ਬਾਈ, ਇੱਕ ਗੁੜ ਰੰਗੀ, ਅਤੇ ਆ ਤੁਸੀਂ ਦੇਖ ਸਕਦੇ ਹੋ ਬਾਈ ਇਹਨਾਂ ਦੀਆਂ ਅੱਖਾਂ ਬਹੁਤ ਹੀ ਸਾਫ਼ ਅੱਖ ਦੀਆਂ ਨੇ, ਅਤੇ ਇਹਦੇ ਦਿਖਾਇਓ ਬਾਈ ਪੱਲੇ ਦਿਖਾਇਓ, ਪੰਜੇ ਦਿਖਾਇਓ ਬਾਈ ਇਹਦੇ, ਹਾਂਜੀ ਆ ਅੱਗੇ ਇਹਦੇ ਬਾਰੇ ਦੱਸੋ ਵੀਰੇ। ਇਹ ਵੀਰੇ ਲਾਲ ਚੀਨੀ ਕਬੂਤਰੀ ਆ, ਮੰਨ ਲਓ ਗੁਰਦੇਵ ਕੇ, ਅਤੇ ਮੰਨ ਲਓ ਆਪਣਾ
ਤੂੰ ਵੀ ਹੱਲ ਕਹੀ ਹੋਈ ਸੀ ਉਹ ਫੜੀ ਸੀ ਉਹਨਾਂ ਦੀ ਬਈ ਮਿਸ ਇਹ ਦੋ ਬਾਜੀਆਂ ਜਿੱਤੀ ਹੋਈ ਆ ਬਾਈ ਇਹ ਇੱਕ ਤਾਂ ਮੰਨ ਲਓ ਇੱਥੇ ਭੰਮੇ ਸੀ ਉੱਡੀ ਬਾਈ ਮੈਨੂੰ ਲੱਗਦਾ 80-90 ਉੱਤਰ ਉੱਡੇ ਸੀ ਐਤਕੀ ਸੀਜ਼ਨ 'ਚ ਪਿਛਲੇ 'ਚ ਹਾਂਜੀ ਇਹ 4 ਵਜੇ ਬਹਿਣ ਆ ਗਈ ਸੀ ਭੰਮੇ ਠੀਕ ਹੈ ਜੀ ਅਤੇ ਕਹਿੰਦੇ ਸੀ ਇਹ ਨਹੀਂ ਕਿੱਥੋਂ ਕੱਢੂ ਕਾਢ ਪੂਰੀ ਬਾਈ ਗੱਲ ਕਰ ਇਹ 7:30 ਵਜੇ ਆਪਾਂ ਢਾਂਗੇ ਚੜ੍ਹਾਈ ਆ ਬਾਈ 7:20 'ਤੇ ਬੈਠੀ ਹੈ ਛਤਰੀ 'ਤੇ ਠੀਕ ਹੈ ਜੀ ਦੂਜੀ ਬਾਜੀ ਇਹ ਬੈਠੀ ਨਹੀਂ ਬਾਈ ਦੂਜੇ ਦਿਨ ਕਈ ਦਿਨਾਂ ਤੋਂ ਉਹਦੇ ਗਮਾਚ ਗਈ ਫਿਰ ਕਈ ਦਿਨਾਂ ਤੋਂ ਪਤਾ ਲੱਗਿਆ ਵੀ ਕੁਦਰੀ ਇੱਥੇ ਫਿਰ ਉਹਦੇ ਅਸੀਂ ਮੁੱਲ ਲੈ ਕੇ ਆਏ ਹਾਂ ਬਾਈ ਇਹ ਕਿਸੇ ਤੋਂ ਦਿੰਦੇ ਨਹੀਂ ਸੀ ਆਪਾਂ ਨੂੰ ਠੀਕ ਹੈ ਜੀ ਇਹ ਤਾਂ ਮਾੜਾ ਅੱਖ ਦਾ ਇਹਦੇ ਬਾਈ ਪੱਲੇ ਦਿਖਾਇਓ ਇਹ ਬਾਈ ਮੰਨ ਲਓ ਖੋਲਣ ਵੇਲੇ ਇਹਨੇ ਇੰਨਾ ਤੰਗ ਕਰੇ ਬਾਈ ਕਬੂਤਰੀਆਂ ਨੇ ਹਾਂਜੀ ਵੀ ਹਰ ਇੱਕ ਨਿੰਮ ਅਤੇ ਹਰ ਇੱਕ ਚਵਾਰਾ ਇਹਨੇ ਕੋਈ ਨਹੀਂ ਛੱਡਿਆ ਬਾਈ ਆਪਣੇ ਪਿੰਡ ਦਾ ਠੀਕ ਹੈ ਜੀ ਹਾਂ ਬਸ ਆਪਾਂ ਨੂੰ ਮੈਂ ਜ਼ਿਆਦਾ ਪਸੰਦ ਸੀ ਅਤੇ ਇਹਨਾਂ ਦੇ ਆਪਣਾ ਮਾਂ ਪਿਓ ਦਾ ਭਰੋਸਾ ਸੀ ਵੀ ਇਹ ਜਾਨਵਰ ਨਜਾਇਜ਼ ਹੀ ਉੱਡਣਗੇ ਆਪਾਂ ਕਿਹੜਾ ਨਹੀਂ ਛੱਡਿਆ ਇਹਨਾਂ ਦਾ ਠੀਕ ਹੈ ਜੀ ਪੰਜੇ ਦਿਖਾਇਓ ਵੀਰੇ ਇਹਦੇ ਸੋ ਇਹ ਨੇ ਪੰਜੇ ਵੀਰੇ ਦੇਖ ਸਕਦੇ ਹੋ ਤੁਸੀਂ ਹੁਣ ਇਹ ਦੱਸੋ ਜੀ ਵੀਰੇ ਇਹਦੇ ਵੇਲੇ ਕਿਹੜੀ ਹੈ ਇਹ ਬਾਈ ਮੰਨ ਲਓ ਇਹ ਮਿਠੜੀ ਉੱਡੀ ਸੀ ਬਾਈ ਇੱਕ ਆਪਣੇ ਮਿੱਤਰ ਨੇ ਲੱਕੜਾਂ ਵਾਲੀ ਤੋਂ ਉਹਨਾਂ ਦੋਹਰੀ ਉਹਨਾਂ ਨੇ ਛੱਡੀ ਸੀ ਪਹਿਲੀ ਬਾਜੀ ਇਹ ਉੱਡੀ ਸੀ ਬਾਈ ਸ਼ਾਇਦ ਗਾਟ ਵਾਲੀ ਪਤਾ ਨਹੀਂ ਕਿਹੜੇ ਪਿੰਡ ਉੱਥੇ ਜਿੱਤੀ ਬਾਈ ਇਹ ਹਾਂਜੀ ਦੂਜੀ ਬਾਜੀ ਉੱਡੀ ਸੀ ਇਹ ਬਾਈ ਮਿਠੜੀ ਹਾਂਜੀ ਅਤੇ ਉੱਥੇ ਵੀਰੇ ਇਹ ਰਾਹੁਲ ਗੰਗਾ ਨਾਲ ਸਾਂਝੀ ਹੋਈ ਸੀ ਆਪਣੀ ਬਾਜੀ ਹਾਂਜੀ ਅਤੇ ਰਾਹੁਲ ਗੰਗਾ ਦਾ ਸ਼ਾਇਦ ਉੱਤੋਂ ਲਹਿ ਲੂ ਗਿਆ ਸਾਈਡ 'ਤੇ ਆਪਣੀ ਇਹ ਮੰਨ ਲਓ ਕਿੱਕਰ 'ਚ ਫਸ ਗਈ ਸੀਗੀ ਇਹ ਦੂਜੇ ਕਬੂਤਰਾਂ ਨੂੰ ਘੰਟਾ ਸਵਾ ਘੰਟਾ ਵੱਧ ਉੱਡੀ ਸੀ ਬਾਈ ਇਹ ਕਬੂਤਰੀ ਠੀਕ ਹੈ ਜੀ ਇਹਦੇ ਦਿਖਾਇਓ ਅੱਖਾਂ ਜਿਸ ਦਿਨ ਇਹ ਉੱਡੀ ਸੀ ਬਾਈ ਉਹਦੇ 45 ਪਤਾ ਨਹੀਂ 47 ਦਾ ਟੈਂਪਰੇਚਰ ਸੀ ਬਾਈ ਠੀਕ ਹੈ ਜੀ ਇਹਦੇ ਪੱਲੇ ਦਿਖਾਏ ਸਾਰੇ ਪੰਜਾਬ 'ਚ ਬਾਜੀਆਂ ਉਹਦੇ ਬਾਈ 2:30-3 ਵਜੇ ਦੇ ਨੂੰ ਮੁੱਕ ਗਈਆਂ ਸੀ ਬਾਈ ਸਾਰੇ ਠੀਕ ਹੈ ਪੰਜੇ ਦਿਖਾਇਓ ਵੀਰੇ ਇਹਦੇ ਇਹਦੇ ਬਾਰੇ ਦੱਸੋ ਵੀਰੇ ਇਹ ਆ ਬਾਈ ਸ਼ਾਹ ਅੱਖਾ ਕਬੂਤਰ ਆਪਣਾ ਮੰਨ ਲਓ ਇਹ ਇੱਕ ਬਾਜੀ ਵੀ ਛੱਡਿਆ ਗਿਆ ਲੋਕਡਾਊਨ ਕਰਕੇ ਫਲੇੜੇ ਛੱਡਿਆ ਸੀ ਬਾਈ ਇਹ ਹਾਂਜੀ ਅਤੇ ਇਹ ਫਲੇੜੇ ਇਹ ਇਕੱਲਾ ਕਬੂਤਰ ਰਿਹਾ ਸੀ ਆਪਣਾ ਬਾਈ ਸਭ ਤੋਂ ਵੱਧ ਉੱਡਿਆ ਸੀ ਇਕੱਲੇ ਨੇ ਬਾਜੀ ਜਿੱਤੀ ਸੀ ਬਾਈ ਇਹਨੇ ਠੀਕ ਹੈ ਜੀ ਹਾਂ ਇਹਦੇ ਪੱਲੇ ਦਿਖਾਇਓ ਵੀਰੇ ਪੰਜੇ ਦਿਖਾਇਓ ਉਹਦੇ ਠੀਕ ਹੈ ਜੀ ਚਲੋ ਇਹਦੇ ਬਾਰੇ ਦੱਸੋ ਬਾਈ ਇਹ ਆ ਬਾਈ ਸ਼ਾਹੀ ਕਬੂਤਰੀ ਇਹ ਆਪਣੀ ਬਾਈ ਉੱਡੀ ਸੀ 2-3 ਸਾਲ ਪਹਿਲਾਂ ਲਖਮੀਰ ਵਾਲੇ ਉੱਡੀ ਸੀ ਬਾਈ ਉਦੇ ਉੱਥੇ ਮੈਨੂੰ ਲੱਗਦਾ ਲਖਮੀਰ ਵਾਲੇ 70-80 ਕਬੂਤਰ ਉੱਡੇ ਸੀ ਬਾਈ ਹਾਂਜੀ 4-5 ਨੇ ਟਾਈਮ ਕਰਿਆ ਸੀ ਬਾਈ 7 ਦਾ ਠੀਕ ਹੈ ਜੀ ਹਾਂ ਉਦੇ ਬਾਕੀ ਬਹਿ ਗਏ ਸੀ ਇਹ ਉਦੇ ਬੈਠੀ ਨਹੀਂ ਆਪਣੀ ਕਬੂਤਰੀ ਮੰਨ ਲਾ ਕਈ 6 ਮਹੀਨੇ ਬਾਅਦ ਪਤਾ ਲੱਗਿਆ ਇਹ ਫੇਰ ਲਿਆਂਦੀ ਉਦੋਂ ਜਾ ਕੇ ਬਾਈ ਆਪਾਂ ਠੀਕ ਹੈ ਜੀ ਹਾਂ ਇਹਦੇ ਪੱਲੇ ਦਿਖਾਇਓ ਵੀਰੇ ਪੰਜੇ ਦਿਖਾਇਓ ਬੰਦ ਮੋਜ ਦੀ ਆ ਨਾ ਹਾਂਜੀ ਬਈ ਪਜਾਮੀ ਮੋਜ ਦੀ ਆ ਇਹਨੂੰ ਕਹਿੰਦਾ ਕਰੀ ਹਾਂਜੀ ਵੀਰੇ ਇਹਦੇ ਬਾਰੇ ਦੱਸੋ ਜੀ ਇਹ ਬਾਈ ਸ਼ਾਹ ਆਪਣਾ ਦੂਲੋ ਵਾਲਾ ਦੂਸਰ ਛੱਡਿਆ ਸੀ ਬਾਈ ਹਾਂਜੀ 30-40 ਕਬੂਤਰ ਉੱਡੇ ਸੀਗੇ ਮੈਨੂੰ ਲੱਗਦਾ ਹਾਂਜੀ ਤੇ ਆਪਣਾ ਇਕੱਲਾ ਰਿਹਾ ਸੀ ਬਾਈ ਉੱਥੇ ਵੀ ਨਹੀਂ ਆਪਾਂ ਦੂਸਰ 'ਚ ਵੰਡੀ ਸੀ ਕਿਸੇ ਨਾਲ ਹਾਂਜੀ ਇਹਦੇ ਨਾਲ ਉਹਨੂੰ ਬਸ ਮਜ਼ਾਕ ਕਰਨ ਲੱਗ ਗਏ ਚੌੜ ਪੈ ਗਏ ਯਾਰ ਮਿੱਤਰ ਵੀ ਉਹ ਪਹਿਲਾ ਦਿਨ ਹੀ ਨਹੀਂ ਪੂਰਾ ਕਰਦਾ ਦੂਜੇ ਦਿਨ ਕਿੱਥੋਂ ਉੱਡੂ ਹਾਂਜੀ ਗੱਲ ਕਰ ਇਹਨੇ ਬਾਈ ਸਿਰੇ ਹੀ ਲਾਤਾ ਤੇ ਇੱਕ ਇਹਦਾ ਬਾਈ ਦੂਜੀ ਬਾਜੀ ਕਿੱਥੇ ਛੱਡਿਆ ਖੋਖਰ ਬਾਈ ਦੂਜੀ ਬਾਜੀ ਇਹਦਾ ਭਾਈ ਖੋਖਰ ਛੱਡਿਆ ਸੀ ਬਾਈ ਉਹ ਰਾਤ ਨੂੰ ਬੈਠਾ ਨੀ ਹਾਂਜੀ ਸਵੇਰੇ ਤੜਕੇ ਫੜਕੇ ਛੱਡਿਆ ਸੀਗਾ ਹਾਂਜੀ ਤੇ ਉਹਨੇ ਵੀ ਬਾਈ ਦੂਸਰ ਜਿੱਤੀ ਮੰਨ ਲਓ ਦੂਜਾ ਕਬੂਤਰ ਚੜਿਆ ਹਟਾਂਗੇ ਦੂਸਰ ਸਵੇਰੇ ਫੜ ਕੇ ਛੱਡਿਆ ਬਾਈ ਠੀਕ ਘਰੇ ਜਮਾਂ ਹੀ ਨਹੀਂ ਉੱਡਦੇ ਬਾਈ ਇਹਨਾਂ ਦੀ ਖਾਸੀਅਤ ਮਸਾਂ ਹੀ ਰੋ ਪਿੱਟ ਕੇ ਡਾਉਣਿਆਂਗੇ ਇਹਨਾਂ ਨੂੰ ਠੀਕ ਹੈ ਵੀ ਘਰੇ ਨਹੀਂ ਉੱਡਦੇ ਬਾਹਰ ਜ਼ੋਰ ਵੱਧ ਮਾਰਦੇ ਆ ਲਾਉਂਦੇ ਆ ਬਾਈ ਜਮੀ ਨਹੀਂ ਉੱਡਦਾ ਸੀ ਇਹ ਘਰੇ ਵੀ ਮੰਨ ਲਓ ਛਤਰੀ ਲਾ ਕੇ ਡਾਉਣਾ ਪੈਂਦਾ ਬਾਈ ਜੇ ਉੱਡਦਾ ਸੀਗਾ
ਇਹਦੇ ਪੱਲਾ ਦਿਖਾਇਓ ਬਾਈ। ਮੁੜ ਕੇ ਕਬੂਤਰ ਹੁਣ ਬੰਦ ਹੀ ਕਰਤਾ ਬਾਈ, ਰੋਕ ਲਿਆ। ਚੱਲ ਬੱਚੇ ਬੁੱਚਿਆਂ ਦੇ ਪਾ ਲਾ। ਠੀਕ ਹੈ ਜੀ, ਚਲੋ। ਹਾਂਜੀ ਬਾਈ, ਇਹਦੇ ਬਾਰੇ ਦੱਸੋ ਜੀ। ਕਿਹੜਾ ਪਿੰਡ ਸੀ? ਬੁਰਜ ਢਿੱਲਵਾਂ। ਇਹ ਬਾਈ ਐਤਕੀ ਲੋਕਡਾਊਨ 'ਚ ਬੁਰਜ ਢਿੱਲਵਾਂ ਉੱਡੀ ਸੀ ਬਾ ਜੀ। ਹਾਂਜੀ। ਅਤੇ ਮੰਨ ਲਓ ਮਤਲਬ 50-60 ਕਬੂਤਰ ਸੀਗੇ ਅਤੇ ਉੱਡੇ, ਅਤੇ ਉਹ ਆਪਣੀ ਤਿੰਨ ਦੀ ਇੱਕ ਪਾਸੇ ਸਾਂਝੀ ਹੋਈ ਸੀ, ਇੱਕ ਦੀ ਇੱਕ ਪਾਸੇ ਸਾਂਝੀ ਹੋਈ ਸੀ ਬਾਈ। ਆਪਣੀ ਸਨੀ ਸੀ ਬੱਪੀਆਣੇ ਤੋਂ ਮੁੰਡਾ, ਉਹਦੇ ਨਾਲ ਸਾਂਝੀ ਹੋਈ ਸੀ। ਇੱਕ ਦਿਆਲਗੜ੍ਹ ਤੋਂ ਸੀ ਅਤੇ ਇੱਕ ਸ਼ਾਇਦ ਪਤਲੇ ਤੋਂ ਸੀ ਬਾਈ। ਚਾਰਾਂ 'ਚ ਸਾਂਝੀ ਹੋਈ ਸੀ, ਚਾਰ ਨੇ 7 ਦਾ ਟਾਈਮ ਕਰਿਆ ਸੀ ਬਾਈ ਕਬੂਤਰਾਂ ਨੇ ਇਹਨਾਂ ਨੇ। ਠੀਕ ਹੈ ਜੀ। ਹਾਂ, ਦਿਖਾਇਓ ਬਾਈ ਪੱਲਾ ਇਹਦਾ। ਪੰਜੇ ਦਿਖਾਇਓ ਉਹਦੇ। ਠੀਕ ਹੈ ਜੀ। ਹਾਂਜੀ, ਇਹਦੇ ਬਾਰੇ ਦੱਸੋ ਬਾਈ। ਇਹ ਬਾਈ ਐਤਕੀ ਸੀਜ਼ਨ ਦੀ ਆਪਣੇ ਇਹ 5 ਵਾਰੀਆਂ ਜਿੱਤੀ ਹੋਈ ਆ ਬਾਈ ਕਮਾਂਡ ਦੀ। ਹਾਂਜੀ। ਅਤੇ ਮੰਨ ਲਓ ਬਹੁਤ ਸੋਹਣੀ ਕਬੂਤਰ ਹੀ ਉੱਡੀ ਬਾਈ। ਪਹਿਲੀਆਂ 'ਚ ਤਾਂ ਪਾਇਆ ਇਹਨੇ ਗੰਦ ਪੂਰਾ ਜਾਂਦੇ, ਮੰਨ ਲਓ ਢਾਂਗੇ 'ਤੇ ਆ ਜਾ ਕਰੇ ਬਹਿ ਬੂ ਕੇ ਇਹਨੇ ਜਮਾਂ ਲਹੂ ਪੀਤਾ 20 ਦਿਨ। ਹਾਂਜੀ। ਜਿੱਦੇ ਬਾਈ ਇਹ ਸਿੱਧੀ ਹੋ ਗਈ, ਫਿਰ ਲਗਾਤਾਰ ਇਹਨੇ 1 ਮਹੀਨੇ 'ਚ 5 ਵਾਰੀਆਂ ਜਿੱਤੀਆਂ ਬਾਈ। ਠੀਕ ਹੈ ਜੀ। 1.5 ਮਹੀਨੇ 'ਚ ਲਾ ਲਓ ਬਸ ਐਂ ਕਰਕੇ। ਅਤੇ ਬਹੁਤ ਸੋਹਣੀ ਉੱਡੀ ਨਜਾਇਜ਼ ਬਾਈ, 4 ਵਾਰੀਆਂ ਜਿੱਤ ਗਈ ਸੀ ਜਿੱਦੇ ਉਹਦੇ ਆਪਾਂ ਆਖਿਆ ਵੀ ਰੋਕ ਲਓ। ਹਾਂਜੀ। ਮੁੜ ਕੇ 5ਵੀਂ ਵਾਰੀ ਆਪਣੇ ਇੱਥੇ ਨਾਲ ਹੀ ਸੀ ਬਾਈ, ਖਿੱਲਣ ਪਿੰਡ ਮੰਨ ਲਓ 3 ਕਿਲੋਮੀਟਰ 'ਤੇ ਆ। ਹਾਂਜੀ। ਅਤੇ ਉਹਦੇ ਕਰਕੇ ਬਾਈ ਮੈਂ ਕਿਹਾ ਚੱਲ ਛੱਡ ਲੈਂਦੇ ਇਹਦੇ, ਫਿਰ ਅਸੀਂ ਬਾਜੀ ਤੋਂ ਆਈ ਹੋਈ ਸੀ ਸੁੱਕੀ ਦੇ ਗੇੜੇ ਪਵਾ ਕੇ ਛੱਡਤੇ ਬਾਈ। ਹਾਂਜੀ। ਬਹੁਤ ਸੋਹਣੀ ਉੱਡੀ ਬਾਈ, 4 'ਚ ਮੈਂ ਲੱਗਦਾ 'ਚ 35 ਪਤਾ ਨਹੀਂ 36 ਕਬੂਤਰ ਉੱਡੇ ਸੀ 3200 ਨੂੰ ਬਾਈ। ਹਾਂਜੀ। 4 'ਚ ਬਾਜੀ ਸਾਂਝੀ ਹੋਈ ਸੀ ਉੱਥੇ ਬਾਈ। ਠੀਕ ਹੈ ਜੀ। ਹਾਂ, ਇਹ ਬਾਈ ਆਪਣੀ ਫੇਵਰੇਟ ਕਬੂਤਰ ਹੀ ਹੈ ਇਹ ਆਪਣੀ ਸੀਜ਼ਨ ਦੀ ਬਾਈ, ਅਤੇ ਕਮਾਂਡ ਦੀ ਬਾਈ ਖੱਟੀ ਕਾਲੀ ਦੀ। ਆ ਤੁਸੀਂ ਦੇਖ ਸਕਦੇ ਹੋ ਵੀਰੇ, ਸੁੱਕੀ ਛੱਡੀ ਕਬੂਤਰੀ ਵੀ ਬਾਜੀ ਜਿੱਤੀ। ਇਹਦੇ ਪੱਲੇ ਦਿਖਾਇਓ ਵੀਰੇ ਕੱਲੇ। ਸੋ ਇਹਨੇ ਬਰੀਡ ਵਾਸਤੇ ਰੋਕ ਰੱਖੀ ਆ ਬਾਈ ਹੋਣਾ ਨੇ। ਠੀਕ ਹੈ ਜੀ। ਠੀਕ ਹੈ। ਕਬੂਤਰ ਹੈਗਾ। ਹਾਂਜੀ। ਇਹ ਮੰਨ ਲਓ ਬਾਇਓਡਾਟਾ ਬਾਹਲਾ ਲੰਮਾ, ਮੰਨ ਲਓ ਇਹ ਰਾਜਨ ਨੇ ਇੱਥੇ ਮੁੱਲ ਗਹਿਣੇ ਗੁਹਣੇ ਕਰਤਾ ਸੀ ਕਬੂਤਰ ਕਿਸੇ 'ਚ। ਚਲੋ ਆਪਾਂ ਨਾਂ ਤਾਂ ਕਿਸੇ ਦਾ ਬੰਦੇ ਦਾ ਲੈਣਾ ਨਹੀਂ। ਹਾਂਜੀ ਹਾਂਜੀ। ਉਹ ਬਾਈ ਮੀਕੀ ਲੈ ਗਿਆ ਸੀਗਾ ਉਹ ਤੋਂ। ਹਾਂਜੀ। ਅਤੇ ਉਹਨਾਂ ਦੇ ਖਾਨਦਾਨ 'ਚੋਂ ਆ ਗਿਆ, ਹਾਂ ਉਹਦੇ ਪੁੱਤ ਦਾ ਪੁੱਤ ਆ ਬਾਈ ਇਹ। ਠੀਕ ਹੈ। ਬਹੁਤ ਸੋਹਣੇ ਕਬੂਤਰ ਉੱਡਦੇ ਬਾਈ ਨਜਾਇਜ਼ ਜੀ, ਨੀਵੇਂ ਨੀਵੇਂ ਲੰਮੇ ਬਹੁਤ ਜ਼ਿਆਦਾ ਉੱਡਦੇ ਬਾਈ, ਫੁੱਲੀ ਚਾਨ ਲਾਉਂਦੇ ਨੇ। ਠੀਕ ਹੈ ਜੀ। ਹਾਂ, ਇਹਨਾਂ ਦੀ ਇੱਕ ਹੋਰ ਖਾਸੀਅਤ ਆ ਵੀ ਇਹ ਛੇਤੀ ਬਾਈ ਛੇਤੀ ਡਾਈਆਂ 'ਚ ਹੀ ਪਾਣੀ ਭਾਲਦੇ ਆ ਇਹ। ਠੀਕ ਹੈ। ਹਾਂ, ਕਈ ਵਾਰੀ ਉਡਾਨ 'ਚ ਇੱਕ ਅੱਧੀ ਡਾਈ ਵੱਧ ਹੋ ਜੇ ਹਾਂਜੀ ਤਾਂ ਮਰ ਜਾਂਦੇ ਆ ਬਾਈ। ਠੀਕ ਹੈ ਜੀ। ਹਾਂ, ਠੀਕ ਹੈ ਵੀਰੇ। ਇਹਦੇ ਪੰਜੇ ਦਿਖਾਇਓ। ਠੀਕ ਹੈ ਵੀਰੇ। Thank you.
ਹੋਵੇ।